ਰੈਡੀ ਗਲੋਬ ਨੂੰ ਧਿਆਨ ਨਾਲ ਦੇਖਣ ਤੇ ਹਿੰਦ ਮਹਾਸਾਗਰ ਵਿੱਚ ਜ਼ਮੀਨ ਦਾ ਇੱਕ ਤ੍ਰਿਭੁਜ ਆਕਾਰ ਦਾ ਵਿਸ਼ਾਲ ਟੁਕੜਾ ਦਿਖਾਈ ਦਿੰਦਾ ਹੈ ਡੰਡੀ ਹਿੰਦ ਮਹਾਸਾਗਰ ਨੂੰ ਆਪਣਾ ਨਾਂ ਦੇਣ ਵਾਲਾ ਭੂ-ਭਾਗ ਸਾਡਾ ਆਪਣਾ ਦੇਸ਼ ਭਾਰਤ ਹੀ ਹੈ ਡੰਡੀ ਤਿੰਨ ਪਾਸਿਆਂ ਤੋਂ ਹਿੰਦ ਮਹਾਸਾਗਰ ਨਾਲ ਘਿਰਿਆ ਹੋਇਆ ਅਤੇ ਉੱਤਰ ਵਿੱਚ ਹਿਮਾਲਿਆ ਦੀਆਂ ਚੋਟੀਆਂ ਵਾਲੀ ਭੂਮੀ ਜਰੀਏ ਏਸ਼ੀਆ ਮਹਾਦੀਪ ਦੇ ਉੱਤਰੀ ਅਤੇ ਪੂਰਬੀ ਭਾਗ ਨਾਲ ਬਹੁਤ ਜੁੜਿਆ ਹੋਇਆ ਇਹ ਹਿੱਸਾ ਬਹੁਤ ਵਿਸ਼ਾਲ ਤੇ ਅਥਾਹ ਸਮਰੱਥਾਵਾਂ ਵਾਲਾ ਦੇਸ਼ ਹੈ ਡੰਡੀ ਜਨਸੰਖਿਆ ਦੇ ਆਧਾਰ ਉੱਤੇ ਸੰਸਾਰ ਵਿੱਚ ਚੀਨ ਤੋਂ ਬਾਅਦ ਦੂਸਰਾ ਅਤੇ ਖੇਤਰਫਲ ਪੱਖੋਂ ਸੱਤਵਾਂ ਸਥਾਨ ਰੱਖਦਾ ਹੈ ਡੰਡੀ ਦੱਖਣੀ ਏਸ਼ੀਆ ਦਾ ਇਹ ਵਿਸ਼ਾਲ ਭੂਪਾਗ ਅਤੇ ਜਨਸੰਖਿਆ ਵਾਲਾ ਦੇਸ਼ ਆਪਣੀ ਵਿਰਾਸਤੀ ਪਰੰਪਰਾ ਨੂੰ ਦਿਲ ਨਾਲ ਲਗਾਏ ਹੌਲੀ ਹੌਲੀ ਪਰਿਵਰਤਨ ਯੁੱਗ ਵਿੱਚ ਦਾਖਲ ਹੋ ਗਿਆ ਹੈ ਡੰਡੀ ਖੇਤਰਫਲ ਦੀ ਦ੍ਰਿਸ਼ਟੀ ਤੋਂ ਇੰਨਾ ਵਿਸ਼ਾਲ ਹੈ ਕਿ ਜਦੋਂ ਪੂਰਬ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਪੱਛਮ ਵਿੱਚ ਗੁਜਰਾਤ ਦੇ ਸੋਰਾਸ਼ਟਰ ਖੇਤਰ ਵਿੱਚ ਅਜੇ ਰਾਤ ਹੀ ਹੁੰਦੀ ਹੈ ਡੰਡੀ ਤਾਪਕ੍ਰਮ ਵਿੱਚ ਵੀ ਇੰਨੀ ਪਿੰਨਤਾ ਮਿਲਦੀ ਹੈ ਕਿ ਦੁਨੀਆ ਦੀ ਹਰ ਫਸਲ ਪੈਦਾ ਕੀਤੀ ਜਾ ਸਕਦੀ ਹੈ ਡੰਡੀ 100 ਕਰੋੜ ਤੋਂ ਵੀ ਵੱਧ ਦੀ ਜਨਸੰਖਿਆ ਵਾਲੇ ਦੇਸ਼ ਵਿੱਚ ਇਹ ਆਬਾਦੀ ਲਗਭਗ 6 ਲੱਖ ਪਿੰਡਾਂ ਤੇ 5000 ਤੋਂ ਵੱਧ ਕਸਬੇ ਸ਼ਹਿਰਾਂ ਵਿੱਚ ਵਸੀ ਹੋਈ ਹੈ ਡੰਡੀ 28 ਪ੍ਰਾਂਤਾਂ ਤੇ 9 ਕੇਂਦਰ ਸ਼ਾਸਤ ਪਰਦੇਸ਼ਾਂ ਵਾਲੇ ਇਸ ਦੇਸ਼ ਵਿੱਚ বৈਰਾਸ਼ਟਰੀ ਮਾਨਤਾ ਪ੍ਰਾਪਤ ਪਛਾਵਾ ਰੈਡੀ ਬੋਲੀਆਂ ਜਾਂਦੀਆਂ ਹਨ ਡੰਡੀ ਅਨੇਕਾਂ ਧਰਮਾਂ ਤੇ ਜਾਤਾਂ ਦੇ ਲੋਕ ਇੱਥੇ ਸਦੀਆਂ ਤੋਂ ਮਿਲ ਜੁਲ ਕੇ ਰਹ ਰਹੇ ਹਨ ਜੋ ਕਿ अनेका ਧਰਮਾਂ ਦਾ ਪਾਲਨ ਕਰਦੇ ਹੋਏ ਕੁੱਲ ਮਿਲਾ ਕੇ ਭਾਰਤੀ ਸੱਭਿਆਚਾਰ ਦੇ ਵਿਸ਼ਾਲ ਢਾਂਚੇ ਨਾਲ ਜੁੜੇ ਹੋਏ ਹਨ ਡੰਡੀ ਆਜ਼ਾਦੀ ਤੋਂ ਬਾਅਦ ਭਾਰਤ ਨੇ ਲੋਕਤੰਤਰ ਧਰਮ ਨਿਰਪੱਖਤਾ ਅਤੇ ਸਮਾਜਵਾਦ ਨੂੰ ਆਪਣੀ ਰਾਸ਼ਟਰੀ ਨੀਤੀ ਦਾ ਆਧਾਰ ਬਣਾ ਕੇ ਸੰਸਾਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਡੰਡੀ ਅੱਜ ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਡੰਡੀ ਇਸ ਦੇਸ਼ ਨੇ ਪਿਛਲੀ ਸਦੀ ਦੇ ਛੇਵੇਂ ਦਹਾਕੇ ਦੇ ਸ਼ੁਰੂ ਵਿੱਚ ਹਰੀ ਕ੍ਰਾਂਤੀ ਦੁਆਰਾ ਉਤਪਾਦਨ ਵਿੱਚ ਹੈਰਾਨੀਜਨਕ ਬਾਦਦਾ ਕਰਕੇ ਸਾਰੀ ਦੁਨੀਆ ਨੂੰ ਅश्चਰਜ ਵਿੱਚ ਪਾ ਦਿੱਤਾ ਹੈ ਡੰਡੀ ਅੱਜ ਸਾਡੇ ਦੇਸ਼ ਵਿੱਚ ਖੇਤੀ ਤੇ ਉਦਯੋਗਾਂ ਦਾ ਮਜ਼ਬੂਤ ਆਧਾਰ ਹੈ ਡੰਡੀ ਵਿਦੇਸ਼ੀ ਪੂੰਜੀ ਨਿਵੇਸ਼ਕਾਰ ਅੱਜ ਭਾਰਤੀ ਆਰਥਿਕ ਪ੍ਰਣਾਲੀ ਵਿੱਚ ਪੂੰਜੀ ਲਗਾਉਣ ਲਈ ਬਧੇਰੇ ਉਤਸੁਕ ਹਨ ਡੰਡੀ ਦੇਸ਼ ਨੇ ਪੁਲਾੜ ਤਕਨੀਕ ਵਿੱਚ ਵੀ ਹੈਰਾਨੀਕੁਨ ਉਨਤੀ ਕੀਤੀ ਹੈ ਡੰਡੀ ਇਨਾਂ ਮਹੱਤਮਪੂਰਨ ਪ੍ਰਾਪਤੀਆਂ ਦੇ ਵਿੱਚ ਅਨੇਕਾਂ ਕਾਲੇ ੱੱਬੇ ਵੀ ਹਨ ਡੰਡੀ ਭਾਰਤ ਵਿੱਚ ਦੁਨੀਆਂ ਦੇ ਸਭ ਤੋਂ ਵੱਧ ਅਨਪੜ ਲੋਕ ਰਹਿੰਦੇ ਹਨ ਡੰਡੀ ਦੇਸ਼ ਦੇ 1/3 ਤੋਂ ਵੱਧ ਲੋਕ ਅਜੇ ਵੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ ਡੰਡੀ ਦੇਸ਼ ਵਿੱਚ ਸਮਾਜਿਕ ਆਰਥਿਕ ਤੇ ਰਾਜਨੀਤਿਕ ਅਸਮਾਨਤਾਵਾਂ ਬਹੁਤ ਜ਼ਿਆਦਾ ਹਨ ਡੰਡੀ ਜਿੱਥੇ ਕੇਰਲ ਵਿੱਚ 10 ਵਿੱਚੋਂ 9 ਇਸਤਰੀਆਂ ਪੜੀਆਂ ਹਨ ਉਥੇ ਬਿਹਾਰ ਵਿੱਚ ਇਹ ਔਸਤ 10 ਵਿੱਚੋਂ ਕੇਵਲ 3 ਹੈ ਡੰਡੀ